गुड आफ्टरनून गुड मॉर्निंग कहने लगा जी। कहने मैं की हाल चाल है देखा होंगी सेवा करन दी। किरण कहते फिर रोटी गर्म कर कर पाउंदी है कप्तान नु भी। अज किरण नवा सूट आ जिहड़ा असीं पहली वारी किरण स्टिच कराया अपने मतलब अपने स्टाइल दे विच उह तुहानू आपां दिखाउणे आ। ते उह बाकी तुहानू बुटीक वाला जिहड़ा पेज आ ਉਹ ਰਾਤੀ ਲਾਈਵ ਹੋ ਕੇ ਵੀ ਦੱਸਦਾ ਸੀਗਾ ਅਤੇ ਉਹ ਹੈਗਾ ਕਿਮ ਕਿਰਨ ਕਲਚਰ। ਓਕੇ ਕਲਚਰ ਕੁਲਚਰ ਜਿਹੜਾ ਹੁੰਦਾ ਤੁਹਾਨੂੰ ਪਤਾ ਹੀ ਆ ਆਪਾਂ ਹੈਗੇ ਦੇਸੀ ਹੈ ਆਪਾਂ ਕਹਿੰਦੇ ਤਾਂ ਕਲਚਰ ਠੀਕ ਹੈ ਅਤੇ ਇੱਦਾਂ ਕੁਛ ਆ। ਅਤੇ ਉਹ 'ਤੇ ਜਾ ਕੇ ਤੁਸੀਂ ਫੋਲੋ ਕਰ ਲਿਓ ਸਾਰੇ ਜਣੇ ਅਤੇ ਉੱਤੇ ਅਪਡੇਟ ਤੁਹਾਨੂੰ ਮਿਲਦੀ ਰਹੂਗੀ ਸੂਟਾਂ ਦੀ ਕਿਹੜੇ ਕਿਹੜੇ ਸੂਟ ਆ ਆਪਾਂ ਅੱਜ ਕੱਲ੍ਹ ਨੂੰ ਦੋ ਤਿੰਨ ਦਿਨ ਹੋਣਾ ਨਾ ਲਗਾਤਾਰ ਉੱਤੇ ਡਿਜ਼ਾਇਨ ਪਾਵਾਂਗੇ ਡਿਫਰੈਂਟ ਡਿਫਰੈਂਟ ਜਿੱਦਾਂ ਦੇ ਆਪਾਂ ਸੋਚੇ ਸੀਗੇ ਠੀਕ ਆ। ਅਤੇ ਉਹ ਤੋਂ ਬਾਅਦ ਵੀ ਤੁਹਾਨੂੰ ਦੱਸਾਂਗੇ ਬਾਕੀ ਬਾਕੀ ਇਹਦੇ ਬਾਰੇ ਕਿਰਨ ਨੂੰ ਜ਼ਿਆਦਾ ਪਤਾ ਆਪਾਂ ਨੂੰ ਸਿਰਫ ਇੰਨਾ ਕੇ ਪਤਾ ਦੇਸੀ ਦੇਸੀ ਸਟਾਈਲ ਨਾਲ ਫੋਟੋ ਪੈਣੀ ਆ ਆਹ ਚੀਜ਼ ਆ। ਅਤੇ ਹੁਣ ਆਪਾਂ ਸ਼ਹਿਰ ਚੱਲੇ ਹਾਂ ਸ਼ਹਿਰ ਅੱਜ ਕਿਉਂ ਚੱਲੇ ਹਾਂ ਅੱਜ ਆਪਾਂ ਉਧਰੋਂ ਸਮਾਨ ਸਾਰਾ ਇੱਧਰ ਸ਼ਿਫਟ ਕਰਨਾ ਆ ਅਤੇ ਫਿਰ ਕਰੀਏ ਛੇਤੀ ਛੇਤੀ ਓਪਨਿੰਗ। ਦਿਨ ਕਈ ਹੋ ਗਏ ਕਿ ਪਲੈਨਿੰਗ ਕਰਦਿਆਂ ਨੂੰ ਆਪਣਾ ਜਿਹੜਾ ਐਸਟੀਮੇਟਡ ਆ 25-26 ਤਰੀਕ ਤੱਕ ਆਪਾਂ ਓਪਨ ਕਰਨੀ ਆ ਠੀਕ ਆ ਐਸਟੀਮੇਟਡ ਇੰਨਾ ਆ। ਬਾਕੀ ਉਹ ਪਹਿਲਾਂ ਵੀ ਹੋ ਸਕਦਾ ਮਾੜਾ ਮੋਟਾ ਬਾਅਦ 'ਚ ਵੀ ਹੋ ਸਕਦਾ ਕਿ ਨਹੀਂ। ਹਾਂ ਦੇਖੋ ਕਿਆ ਹੁੰਦਾ ਸੂਟ ਉਹ ਦੂਰੋਂ ਦੂਰੋਂ ਦਿਖਾ ਦਿੰਦੀ ਹਜੇ। ਚਲੋ ਠੀਕ ਆ ਤੇ ਬਾਕੀ ਮਾੜਾ ਜਿਹਾ ਇੱਕ ਮਿੰਟ ਡੈਡੀ ਹੁਣੀ ਇੱਥੋਂ ਘੁੰਮਦੇ ਘੁੰਮਦੇ ਆਹ ਪਹਿਲਾਂ ਸਵੇਰੇ ਕਿਰਨ ਦੇ ਵੀ ਮੰਜਾ ਤੋੜ ਦਿੱਤਾ। ਮੈਂ ਹਜੇ ਕਿਰਨ ਨੂੰ ਕਹਿੰਦਾ ਸੀ ਮੈਂ ਕਿਰਨ ਨਾ ਬੈਠੀ ਦੋ ਜਣੇ ਦੇ ਭਾਰ ਟੁੱਟ ਜਾਣਾ ਉਹੀ ਗੱਲ ਹੋਈ ਮੰਜਾ ਟੁੱਟ ਗਿਆ ਅਤੇ ਹੁਣ ਡੈਡੀ ਹੁਣੀ ਉੱਧਰ ਚੱਲ ਗਏ ਡੈਡੀ ਹੁਣੀ ਉੱਧਰ ਗਿਆ ਅੱਜ ਬੱਦਲ ਹੋ ਗਿਆ ਆਹ ਚੀਜ਼ ਆ। ਅਤੇ ਬਾਕੀ ਭਾਈ 23-24-26 ਦਾ ਮੀਂਹ ਵੀ ਦੱਸਿਆ ਆ ਆਪਾਂ ਬੈਦਰ ਵਾਲਾ ਕੰਮ ਵੀ ਕਰੀਦਾ ਦੇਖ ਲਓ ਤੁਹਾਨੂੰ ਪਹਿਲੇ ਅਪਡੇਟ ਦੇ ਦਿੱਤੀ ਬੈਦਰ ਦਾ ਆ ਅਤੇ ਮੀਂਹ ਵੀ ਦੱਸਿਆ ਸੋ ਸਾਰੇ ਨੇ ਆਪਣੇ ਕੰਮ ਕੁੰਮ ਜਿਹੜੇ ਵੀ ਪਹਿਲੇ ਨਿਬੇੜ ਲਿਓ ਠੀਕ ਆ। ਅਤੇ ਬਾਕੀ ਹੁਣ ਆਪਾਂ ਚੱਲੀਏ ਲੇਟ ਆਪਾਂ ਬਾਹਲੇ ਹੋ ਗਏ ਡੇਢ ਵੱਜ ਚੱਲਾ ਜਾਣਾ ਆਪਾਂ ਪਲੈਨ ਸੀ ਆਪਣਾ 9 ਵਜੇ ਜਾਣ ਦਾ ਪਰ ਉਹ ਕਿਰਨ ਦੀ ਫਰੈਂਡ ਅੱਜ ਕਿਤੇ ਗਈ ਹੋਈ ਸੀਗੀ ਕੋਈ ਰਿਸ਼ਤੇਦਾਰ 'ਚ ਪ੍ਰੋਗਰਾਮ ਸੀਗਾ ਅਤੇ ਚਲੋ ਹੁਣ ਆਈਏ ਅਤੇ ਹੁਣ ਵੀ ਆਪਾਂ ਜਿੰਨਾ ਕੰਮ ਹੋ ਸਕਿਆ ਉਹ ਅੱਜ ਕਰ ਦਈਏ ਕਿਉਂਕਿ ਆਪਣੇ ਕੰਮ ਕਾਫੀ ਆ ਨਿਬੇੜ ਦਈਏ। ਅਤੇ ਆਪਾਂ ਵਰਕਰਾਂ ਵਾਲਾ ਗਿਆ ਸੀਗਾ ਉਹ ਵੀ ਇੱਕ ਦੋ ਵਰਕਰਾਂ ਨਾਲ ਹੋਈ ਆ ਗੱਲ ਅਤੇ ਸ਼ਾਇਦ ਉਹ ਵੀ ਬਸ ਅੱਜ ਕੱਲ੍ਹ 'ਚ ਫਾਈਨਲ ਆ ਅਤੇ ਬਾਕੀ ਸਾਰੇ ਜਿਹੜੇ ਰੈਡੀ ਰਹੋ ਠੀਕ ਆ ਅਤੇ ਆਪਾਂ ਧੱਕ ਪਾ ਦੇਣੀ ਆ ਆਹ ਚੀਜ਼ ਆ। ਚਲੋ ਠੀਕ ਆ ਅਤੇ ਬਾਕੀ ਜੇ ਕੋਈ ਕਮੀ ਪੇਸ਼ੀ ਲੱਗਦੀ ਹੁੰਦੀ ਆ ਇਹ ਸਾਡਾ ਨਹੀਂ ਇਹ ਤੁਹਾਡਾ ਵੀ ਸਾਰਿਆਂ ਦਾ ਸਾਂਝਾ ਆ ਠੀਕ ਆ। ਮਤਲਬ ਤੁਸੀਂ ਸਲਾਹ ਵੀ ਦੇ ਸਕਦੇ ਆ ਕੁਛ ਵੀ ਤੁਸੀਂ ਦੱਸਣਾ ਤੁਸੀਂ ਦੱਸ ਸਕਦੇ ਵੀ ਆਹ ਚੀਜ਼ ਤੁਸੀਂ ਇੱਦਾਂ ਕਰ ਲਓ ਇੱਦਾਂ ਆ ਕਿਉਂਕਿ ਕਾਫੀਆਂ ਜਣਿਆਂ ਦੇ ਬਿਜ਼ਨਸ ਇਹ ਹੁੰਦੇ ਆ। ਚਲੋ ਹੈ ਨਾ ਹਰ ਕਿਸੇ ਦਾ ਬਿਜ਼ਨਸ ਹੁੰਦਾ ਆਪਾਂ ਪਹਿਲੀ ਵਾਰੀ ਬਿਜ਼ਨਸ 'ਚ ਪੈਣ ਲੱਗੇ ਸਾਨੂੰ ਥੋੜ੍ਹਾ ਜਿਹਾ ਘੱਟ ਹੀ ਪਤਾ ਹੋਊਗਾ ਚੀਜ਼ਾਂ ਬਾਰੇ ਸੋ ਜੇ ਕੁਛ ਕਮੀ ਪੇਸ਼ੀ ਲੱਗੂਗੀ ਦੱਸ ਦਿਓ ਅਤੇ ਕੋਈ ਗਲਤੀ ਮਲਤੀ ਹੋਊਗੀ ਤਾਂ ਮਾਫ਼ ਕਰ ਦਿਓ ਪਹਿਲੇ ਕਹਿ ਦਿੰਦੇ ਆ ਠੀਕ ਆ ਜੀ। ਅਤੇ ਚਲੋ ਹੁਣ ਆਪਾਂ ਚੱਲੀਏ ਇੱਥੇ ਖੜਨ ਤਾਂ ਕਹਿੰਦੇ ਚਲੋ ਕੋਈ ਤਾਂ ਫਾਇਦਾ ਹੋਇਆ ਕੁੜੀ ਨੂੰ ਸਹੀ ਗੱਲ ਹੈ। ਮੈਂ ਕਿਹਾ ਭਾਈ ਨਾ ਕੀ ਗੱਲਾਂ ਮਰੀਆਂ ਦੀ ਆ ਜਦੋਂ ਮੈਂ ਦੇਖਿਆ ਇਹਨੂੰ ਪਤਾ ਲੱਗ ਗਿਆ ਪਵਨੇ ਕਹਿੰਦੇ ਕਿਰਨ ਨੇ ਇੱਕ ਦਿਨ ਖਾਧੀਆਂ ਬਸ ਉਹਨੇ ਦਿਲ ਮੈਂ ਜ਼ਿੰਦਗੀ ਚ ਕਦੇ ਨਹੀਂ ਖਾ ਕੇ ਦੇਖੀਆਂ ਸੀਗੀਆਂ ਇਹ ਪਹਿਲੀ ਵਾਰ ਖੜਾਈਆਂ ਪਹਿਲੀ ਵਾਰੀ ਉਦੋਂ ਆਪਾਂ ਖਾਧੀ ਬੰਨੇ ਕਿੱਥੇ ਸੀ ਤਾਈ ਨੇ ਖਾਧੀ ਨਹੀਂ ਚਾਂਦੀ ਹੁਣ ਨਾਲ ਹਾਂ ਬਸ ਉਹੀ ਤੇ ਕਿਰਨ ਹੁਣ ਲੈ ਫੜ ਕਿਰਨ ਚੱਕ ਇਧਰ ਨਾਲ ਲੋਕੇਸ਼ਨ ਤੇ ਆਏ ਸੀ ਹੁਣ ਦੱਸ ਕਿਦਾਂ ਲੱਗੀ ਲੋਕੇਸ਼ਨ ਮੈਂ ਕਿਰਨ ਜਦੋਂ ਮੈਂ ਪਹਿਲਾਂ ਹੁੰਦਾ ਸੀ ਵਿਆਹ ਤੇ ਫੋਟੋ ਸ਼ੂਟ ਕਰ ਦਿੰਦੇ ਸੀ ਕਿਰਨ ਮੰਨੇ ਹੀ ਨਾ ਕਹਿੰਦੀ ਲੋਕੇਸ਼ਨ ਹੈ ਨਹੀਂ ਰਾਹੋਂ ਦੇ ਵਿੱਚ ਕੋਈ ਹੁਣ ਮੰਨ ਗਈ ਵੇ ਮੰਨ ਗਈ ਚਲੋ ਸਹੀ ਆ ਤੇ ਫਿਰ ਹੁਣ ਆਪਾਂ ਚਲੀਏ ਵਧੀਆ ਲੋਕੇਸ਼ਨ ਸੀਗੀ ਯਾਰ ਤੇ ਇੱਥੇ ਵੀਡੀਓ ਬਣਾਈਆਂ ਫੋਟੋ ਸ਼ੂਟ ਕਰ ਲਿਆ ਉਹ ਹੁਣ ਤੁਹਾਨੂੰ ਅਕਾਊਂਟ ਤੇ ਪਤਾ ਲੱਗੂ ਕਿਦਾਂ ਉਹ ਦੇਖੀ ਮੇਰੇ ਮੂਹਰੇ ਬਾਹ ਕਰਦੀ ਏਡੀ ਬੜੀ ਮੂੰਹ ਤੇ ਚਲੋ ਠੀਕ ਹੈ ਤੇ ਆਪਾਂ ਨੂੰ ਉੱਥੇ ਜਾਣਾ ਕੰਮ ਕੋਈ ਆਇਆ ਆ ਇਹਦਾ ਆਪਾਂ 5 ਮਿੰਟ ਹੋਰ ਲਾਣੇ ਫੋਟੋਆਂ ਆਹ ਚੀਜ਼ ਆ ਚਲੋ ਹਮ ਵੀ ਆਏ 5 ਮਿੰਟ ਮੇ ਫਾਈਨਲੀ ਸਾਡੀ ਸ਼ਾਪ ਹੁਣ ਬੋਲਦੇ ਕਿੰਦਾ ਇਹ ਵੀ ਨਹੀਂ ਖੋਲਣੇ ਹੁੰਦੇ ਹੁਣ ਖੁੱਲਣਾ ਹੈ ਆਪਾਂ ਨੇ ਦੇਖ ਲਓ ਕੋਈ ਕਹਿੰਦਾ ਆਪਾਂ ਕਿਹੜਾ ਕਦੇ ਕੀਤਾ ਵਾਹ ਆਹ ਵਧੀਆ ਕੰਮ ਚਲੋ ਜੀ ਏਦਾਂ ਹੀ ਉੱਪਰ ਆ ਇੱਥੋਂ ਜਾ ਕੇ ਉਹ ਵਾਲਾ ਵੀ ਆਪਣਾ ਹੀ ਆ ਉੱਪਰ ਵਾਲੀ ਲੋਕੇਸ਼ਨ ਦੱਸਣੀ ਹੈ ਨਾ ਹਾਂ ਉਹ ਸੋਹਣੀ ਆ ਮੈਨੂੰ ਜ਼ਿਆਦਾ ਸੋਹਣੀ ਲੱਗਦੀ ਉੱਪਰ ਲਓ ਜੀ ਫਾਈਨਲੀ ਚਾਬੀਆਂ ਆ ਗਈਆਂ ਆਪਣੇ ਹੱਥ ਹੁਣ ਨਹੀਂ ਮੰਨਦੇ ਆਪਾਂ ਕਿਸੇ ਨੂੰ ਕਿੰਨਾ ਕਦੋਂ ਮੰਨਦੇ ਨਹੀਂ ਭਾਵਨੇ ਵੀ ਮੰਨਦੀ ਨਹੀਂ ਤੂੰ ਕਿੱਥੇ ਮੰਨਦੀ ਚਲੋ ਆਹ ਵੀ ਬਹੁਤ ਸਹੀ ਹੈ ਚਲੋ ਨਹੀਂ ਨਹੀਂ ਚੱਲੀਏ ਵਧੀਆ ਯਾਰ ਚਲੋ ਚਾਬੀਆਂ ਲੈ ਲਈਆਂ ਸਮਾਨ ਸਾਡਾ ਉੱਥੇ ਰੱਖ ਹੋ ਗਿਆ ਸਾਰਾ ਸਾਰਾ ਤਾਂ ਨਹੀਂ ਫਿਲਹਾਲ ਹਲੇ ਹੈਗਾ ਕਾਫੀ ਕੁਝ ਜਿਹੜਾ ਆਪਾਂ ਹਲੇ ਚੱਕਣਾ ਆ ਬਣਾਉਣਾ ਆ ਰਿਹਾ ਹੈ ਬਣਾਉਣਾ ਆ ਹਾਂਜੀ ਬਹੁਤ ਪਹੁੰਚ ਜਲਦੀ ਪਰ ਆਪਾਂ ਉਹ ਕਰਨਾ ਛੇਤੀ ਛੇਤੀ ਆ ਹਫਤੇ ਦੇ ਵਿੱਚ ਵਿੱਚ ਹਾਂਜੀ ਤੇ ਬਾਕੀ ਆ ਜਾਓ ਚੱਲੀਏ ਕਹਿੰਦੇ ਹੁਣ ਸ਼ਾਪਿੰਗ ਟਾਈਮ ਲੱਗ ਗਿਆ ਇੱਥੇ ਆਉਣ ਦਾ ਇਹ ਆਪਾਂ ਇੱਧਰ ਆਏ ਆ ਟ੍ਰੈਂਡਸ ਵਾਲਿਆਂ ਦੇ ਨਮਸਤੇ ਤੇ ਇੱਥੋਂ ਆਪਾਂ ਸ਼ਾਪਿੰਗ ਕਰਨੀ ਆ ਇੱਥੋਂ ਕਰਨ ਨੇ ਕੋ ਆਪਣਾ ਡਰੈਸ ਡਰੂਸ ਲੈਣੀ ਆ ਕਿਉਂਕਿ ਕੱਲ ਨੂੰ ਆਪਾਂ ਜਾਣਾ ਹੈਗਾ ਕਿਸੇ ਬਰਥਡੇ ਪਾਰਟੀ ਤੇ ਉਹ ਤੁਹਾਨੂੰ ਕੱਲ ਦੱਸਾਂਗਾ ਆਪਾਂ ਕਿੱਥੇ ਆਏ ਆ ਚਲੋ ਸਹੀ ਨਹੀਂ ਦੱਸਣਾ ਸਹੀ ਆ
रोन लग गई बेचारी, मेरे बेचारे अच्छे ड्रैस नहीं मिली इतने, उन्होंने आउट ऑफ स्टॉक है काफ़ी चीज़ा। चलो तो बाकी देखते हैं फिर ये कोई लभद हल चल करते हैं। हूँ आप किरण हूणा सलून छड़ दिता उन्हें नेल नूल कुछ पेंट करवाना, नेल पेंट जी होंगी वह लगानी है। तो हूँ आप चलीए, मैं माड़ा जहा देख लिया मैं ट्रैक्टर क्योंकि वह माड़ा जहा कम जहा हूँ दिता है तो वह देख लीए कि रह गया। वैसे तो भाजी कहते अज तक हो जाना है, बाकी आप जाके देख रहे हैं कि बाकी आप पूरी करते पे हैं कोशिश अपने वालों भी वधिया। अज एक फोटो अपलोड की है, हूँ जिन्होंने नहीं देखी हैगी किम किरण कल्चर कट लियो या अपने साडे जी इंस्टाग्राम वाली आई डी पता ही आ फॉलो रिक्वेस्ट में जाके नहीं नहीं जितने फॉलोइंग होंगे उद्दे तुम पता लग जाना कि आई डी है। ठीक है, जरूर विजिट करके देखियो उत्ते, तो बाकी तुम दस्यो की बनता कि काम। लो जी पवने ने अपना काम करे हुंदा ते पवने होया काम हो गया, हो गया। चलो गड्डी दा काम सी, गड्डी दा भी काम सी, गड्डी दा भी काम। मैं नेल पेंट चेंज कराई क्योंकि मेरे ना वो खराब हो गई सीगी नेल पेंट, और लाइट कलर ज्यादा सीगा ज्यादा टाइम लग गया। वो वाला काम सी, वो काम ना सी ते वो कीता। फाइनली हुण आपां चले आ घर नूं, बाकी दा काम हुण कर लूं। कॉफी भी पी ली, कॉफी भी पी ली। आ देख आ गया चंडीगढ़ रोड, चंडीगढ़ चौंक कहंदे आ नूं, चंडीगढ़ चौंक आ चंडीगढ़ रोड आ चंडीगढ़ चौंक सी। चलो चंडीगढ़ लई चलो। आ पार्सल हो गया अपने, हुण तुहाडे कोल कोई छेती बाजिया करना पवन के घरे सी ते हुण आपां चले आ बस। मटर तोड़दे सी कल केड़ी डेट किया ओदे च ते पढ़ ले कमेंट, मैं भी पढ़दा हड़िया। ओ पता नहीं कितना, मैं 27 जनवरी ओ कहंदे तू 10 दिन सीधा ही मूरे बैठ गया 27 जनवरी पहुंच भी गई पिछे घूमी जाने 17 दी कहंदे तू सानू कहंदे पजल हो जाना पजल तू आप होया एक कुड़ी दा कमेंट आया उत्ते कहंदी मेरा 27 तारीख दा आइलैंड दा पेपर सीगा पहला मैं छेती छेती स्क्रीन ते देखिया ते अज डेट किन्नी आ वधिया हो गया डैडी ਐਦਾ ਹੋ ਕੇ ਕੋ ਸਿੱਧੇ ਹੋ ਕੇ ਕੰਮ ਕਰਨਾ ਚਾਹੀਦਾ ਚਾਹੀਦਾ ਹੋਰ ਕੀ ਹਰੇਕ ਨੂੰ ਕੰਮ ਤਾਂ ਕਰਨਾ ਚਾਹੀਦਾ ਮੈਨੂੰ ਵੀ ਕਰਨਾ ਚਾਹੀਦਾ ਹਰੇਕ ਨੂੰ ਮੰਮੀ ਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਡੈਡੀ ਕਹਿੰਦੇ ਮੰਮੀ ਨੂੰ ਬਿਠਾ ਦਿਆ ਕਰਿਓ ਮੰਮੀ ਨੂੰ ਬਿਠਾ ਦਿਆ ਕਰਿਓ ਕਹਿੰਦੇ ਇਹ ਮੰਮੀ ਨੂੰ ਬਿਠਾਇਆ ਉੱਥੇ ਪਤਾ ਲੱਗੂ ਨਾ ਕਿ ਅੰਮਾ ਜੀ ਦੇ ਦੇਣੀ ਨਾਲੇ ਦੇ ਧਮਕੀ ਵੀ ਅੰਮਾ ਜੀ ਦੇ ਦੇਣੀ ਜਾਵੇ ਕਿ ਆ ਕੇ ਤਾਂ ਇਹ ਚਲ ਗਈ ਅੱਛਾ ਧਮਕੀ ਨਹੀਂ ਸੀ पिछले साल पनीरी लैन मेरे को अंदर आ गए रोहित रीटा का मुंडा छोटा सुखवीर थोड़ा बहुत नहीं ये पौड़ी तो उत्तर नहीं दिता मुंडे नु कभी मैं तेन उत्ते चढ़ के खा लैं बिले बुले मगर इन भी चढ़ जाना तेन मैं तेन देख ठंड तो मानते नहीं लपेटे हुए पे नहीं पाला
बाकी हुण फिर देखदे जे ब्लॉग पूरा होया तां कल अपलोड करांगे जे ना होया तां कल कंटिन्यू करके परसों अपलोड करांगे। चंगा जी बाय बाय। ओके जी सत श्री अकाल जी। ठीक है डैडी टीवी चल पे ना सत श्री अकाल कहते देखो रिमोट हाथ च चल भी गया पता भी नहीं लगा। चलो आओ ठीक है चंगा बाय। इधर मम्मी की बना के ले गई साडे की लेके आए ठीक है दे लो। मैं भी कही मेरा डब्बा कल पुछी जाना चाहिए बदम पाए थे चाह पाए थे जो पाया देख मम्मी ने ना बनाना शेक बना के लेके आंदा। चलो थैंक यू सो मच कहने पियूंगी उठिया टुटी करना बह के मेले साफ की दिल की बाजी बैठ तेरी चल चाली टुट जानी तेरा भार बहुत है चलिए हम डैडी भी हम खेतों गए गेड़ा मारन तो चलिए भी रेडियाँ करन दे बचाई जी आही काम नहीं मुकते कतूरी बाहर दुद्ध कप्तान नू दुद्ध आ चीज आ चलो ठीक है चंगा आ गए जाके फिर आ गए तो आए सही गल चलो तो बाकी अच्छा चले कि आ चले आप जलंधर हाँ तो चले कहते हैं वो थानू आप हम उ जाके दसा गया चले ठीक है जी चलो सही है आ जा भी छेती असी नवा शहर आ गए हेलो नहीं लेके देना एक नहीं नहीं बार बार थोड़ा और नहीं मैंने लेके देता बहुत टाइम हो गया मैं एनिवर्सरी आने वाली उधर लेके दूंगा। ठीक है जी तो आप देख रहे थे गिफ्ट तू ही कितना बैठे हैं चलो आप हम गिफ्ट फाइनल कर लिया या तो बस चलिए बड़े सोहने सोहने गिफ्ट आता मेरा आ सेक्शन तो मेरा इन्ना फेवरेट है ना मैं तो लै जा सारा ही कुछ चक के मैं सारे ही इतने सोहने लगते हैं यार बहुत सोहने आ देखो इधर गिफ्ट अपना पैक है सारा आ ऊपर क्या रखा है अच्छा मैं घर भी नाल जोड़ के देने लगी हाँ आ देखो इधर आप घर ले लिया फ्रैगरेंस वाला मेरे बड़ा घेंट जहा लगा ਹੋਰ ਭਾਜੀ ਠੀਕ ਠਾਕ ਠੀਕ ਠਾਕ ਬਹੁਤ ਇਧਰ ਕਲੈਕਸ਼ਨ ਬਹੁਤ ਆਈ ਹੋ ਵੀ ਆਇਓ ਸਲੋ ਰੋਡ ਤੇ ਆਰਚੀ ਸਮਾਰੋ ਕਿਹੜਾ ਕਾਫੀ ਜਣੇ ਆਉਂਦੇ ਹੁੰਦੇ ਉਦਾਂ ਕਮੈਂਟ ਆਉਂਦਾ ਹੁੰਦਾ ਆ ਆ ਦੇਖ ਜਿਹੜੇ ਨਹੀਂ ਆਏ ਉਹ ਵੀ ਆਈਓ ਐਂਗਰੀ ਵੈਲੈਂਟਾਈਨ ਡੇ ਆਣ ਲੱਗਾ ਧਿਆਨ ਰੱਖਿਓ ਸਹੀ ਗੱਲ ਹੈ ਇਥੋਂ ਵੈਲੈਂਟਾਈਨ ਦੇ ਵੀ ਗਿਫਟ ਮਿਲਨੇ ਸਾਰੇ ਚਲੋ ਸਹੀ ਆ ਤੇ ਬਾਕੀ ਹੁਣ ਚਲੀਏ ਆਪਾਂ ਬੈਗ ਪੂਕ ਕਰਾ ਕੇ ਬਾਕੀ ਭਾਜੀ ਨੂੰ ਪਹਿਲੇ ਕਾਲ ਕਰ ਦਿੱਤੀ ਭਾਜੀ ਉਹਦੇ ਕਰ ਦਿੰਦੇ ਸਾਰਾ ਕੁਝ ਆ ਅਸੀਂ ਆ ਗਏ ਨਵਾਂ ਸ਼ਹਿਰ ਨਹੀਂ ਹੁਣ ਤੂੰ ਐਦਾਂ ਹੋ ਜਾ ਤੂੰ ਨਵਾਂ ਸ਼ਹਿਰ ਆ ਗਿਆ ਸੌਰੀ ਹੁਣ ਅਸੀਂ ਆ ਗਏ ਜਿੰਦਰ ਭਾਈ ਗਏ ਤਾਂ ਸ਼ਹਿਰੇ ਪਤਾ ਲੱਗਾ ਯਾਰ ਅਸੀਂ ਬੋਤਲੇ ਕਿਉਂ ਆਈ ਗਾਟ ਇਹ ਦਿਸ ਇਸ ਯੈਸ ਮੈਂ ਜਾਦਾ ਮੈਂ ਗੱਡੀ ਪਮ ਨਾ ਤੇਜ਼ ਚਲਾਉਂਦਾ ਸੀ ਤਾਂ ਕਰਕੇ ਮੈਂ ਗੁੱਸੇ ਵਾਲਾ ਕੀਤਾ ਸੀ ਮੋਜੀ ਅੱਛਾ ਹੁਣ ਹੌਲੀ ਹੁਣ ਮੈਂ ਉਹਨੂੰ ਸਹੀ ਕਰਕੇ ਰੱਖ ਕੇ ਹੁਣ ਠੀਕ ਹੈ ਐਨੀ ਕੁ ਚਾਹੀਦੀ ਹੁਣ ਪਹਿਲਾਂ ਆਪਾਂ ਜਲੰਧਰ ਆ ਗਏ ਪਰ ਪਹਿਲਾਂ ਆਪਾਂ ਕਿਤੇ ਚੱਲੇ ਆ ਮੜਿਆ ਮਿਲਣ ਨਾਲੇ ਤੁਹਾਨੂੰ ਆਪਾਂ ਉਹਦੇ ਜਿਮ ਦਿਖਾਉਣੇ ਆ ਤੇ ਤੁਸੀਂ ਜਿਮ ਵੀ ਸਾਰਿਆਂ ਨੇ ਜੁਆਇਨ ਕਰੋ ਯਾਰ ਜੇ ਜਲੰਧਰ ਵਾਲੇ ਆ बहुत टाइम हो गया स्पेशली नहीं मिलिया नहीं गया सारे मनाई जाने ਆ ਜੀ ਯਾਰ ਚਲੋ ਮੇਰੀ ਗੱਲ ਨਹੀਂ ਸਾਡੇ ਨਾਲ ਗੁੱਸੇ ਕਿਉਂ ਹੁੰਦੇ ਸਾਰੇ ਜਣੇ
ਭਾਈ ਯਾਰ ਆਪਣੇ ਮੂੰਹੇ ਦਾ ਦੇ ਯਾਰ ਚੁੱਕਾ ਨਹੀਂ ਯਾਰ ਖਾਤੀ ਹੋ ਜਾਂਦੇ ਆਪਾਂ ਹੋ ਲੈਂਦੇ ਆ ਨਹੀਂ ਕੋਈ ਗੱਲ ਨਹੀਂ ਤਾਂ ਕੀ ਆ ਤੇ ਹੁਣ ਆਪਾਂ ਬਸ ਚੱਲੀਏ ਤੇ ਤੁਹਾਨੂੰ ਆਪਾਂ ਜਿਮ ਦਿਖਾਉਣੇ ਤੁਸੀਂ ਸਾਰਿਆਂ ਨੇ ਜਿਮ ਜੁਆਇਨ ਕਰਿਓ ਜੇ ਜਿਮ ਲੱਗਣਾ ਚਾਹੁੰਦੇ ਠੀਕ ਆ ਤੁਹਾਨੂੰ ਡਿਸਕਾਊਂਟ ਵੀ ਮਿਲੂਗਾ ਉੱਥੇ ਹੁਣ ਪ੍ਰੋਮੋਸ਼ਨ ਨਹੀਂ ਹੈਗੇ ਜਸਟ ਆਪਾਂ ਨਾ ਪ੍ਰੋਮੋਸ਼ਨ ਨਹੀਂ ਹੈਗੀ ਪ੍ਰੋਮੋਸ਼ਨ ਸਮਝੇ ਜਸਟ ਆਪਾਂ ਬਹਿ ਕੇ ਜਿਹੜੇ ਸਾਡੇ ਵਲੌਗਸ ਪਹਿਲਾਂ ਤੋਂ ਦੇਖਦੇ ਉਹਨਾਂ ਨੂੰ ਤਾਂ ਪਤਾ ਲੱਗ ਜਾਣਾ ਆ ਵੀਰੇ ਨੂੰ ਦੇਖ ਕੇ ਪਛਾਣ ਲੈਣਾ ਪਤਾ ਗੱਲ ਕੀ ਆ ਕਿ ਤੁਸੀਂ ਪ੍ਰੋਮੋਸ਼ਨ ਨਾ ਕਿਓ ਤੁਹਾਨੂੰ ਤਾਂ ਕਹਿਣ ਲੱਗੇ ਹੋ ਜਦੋਂ ਓਪਨਿੰਗ ਤੁਹਾਨੂੰ ਉਦੋਂ ਵਿਖਿਆ ਸੀਗਾ ਆਉਣ ਨੂੰ ਆਪਾਂ ਉਦੋਂ ਵੀ ਨਹੀਂ ਆਏ ਸੀਗੇ ਉਦੋਂ ਸਾਤੋਂ ਕੋਈ ਕੰਮ ਸੀ ਪਤਾ ਨਹੀਂ ਕੋਈ ਆਇਆ ਸੀਗਾ ਸਾਡੇ ਗੈਸਟ ਆਇਆ ਹੋਇਆ ਕਿਤੇ ਬਾਹਰ ਸੀਗੇ ਟ੍ਰਿਪ ਤੇ ਗਿਆ ਸੀ ਨਾ ਕਿਤੇ ਤਾਂ ਚੱਕਰ ਪੈ ਗਿਆ ਚਲੋ ਕੋਈ ਗੱਲ ਨਹੀਂ ਤੇ ਬਾਕੀ ਹੁਣ ਆਪਾਂ ਜਲੰਧਰ ਪਹੁੰਚ ਗਏ ਆਪਾਂ ਜਾਣਾ ਅੱਜ ਕਿਤੇ ਜਾਣਾ ਆਪਾਂ ਵੈਸੇ ਬਰਥਡੇ ਪਾਰਟੀ ਦੇ ਪਰ ਉਸ ਤੋਂ ਪਹਿਲਾਂ ਆ ਇੱਕ ਦੋ ਕੰਮ ਹੈਗੇ ਆ ਉਸ ਤੋਂ ਬਾਅਦ ਆਪਾਂ ਐਮਬੀਡੀ ਮਾਲ ਜਾਣਾ ਉਧਰ ਹੀ ਐਮਬੀਡੀ ਮਾਲ ਮੈਨੂੰ ਨਾ ਪਵਨ ਨੇ ਬੂਟ ਲੈ ਕੇ ਦੇਣੇ ਆ ਅੱਛਾ ਆਪ ਹੀ ਇਸ ਚੀਜ਼ ਲਈ ਪਵਨ ਨੇ ਮੈਨੂੰ ਆਪ ਹੀ ਮਗਰ ਲਾਇਆ ਸੀ ਤੇ ਫਿਰ ਅੱਜ ਮੈਂ ਮਗਰ ਲੱਗ ਗਈ ਆ ਮੈਂ ਤੈਨੂੰ ਕਦੋਂ ਮਗਰ ਲਾਤਾ ਸੀ ਜੀ ਝੂਠ ਨਹੀਂ ਬੋਲਣਾ ਮੈਨੂੰ ਕਿਹਾ ਸੀ ਕਿ ਮੈਂ ਤੈਨੂੰ ਆਵਲੇ ਸ਼ੂਜ਼ ਲੈ ਕੇ ਦੇਣੇ ਆ ਇੱਦਾਂ ਤਾਂ ਮੈਂ ਬਹੁਤ ਸ਼ਿਕਿਆ ਸੀ ਵੱਡੇ ਸ਼ੂਜ਼ ਨਹੀਂ ਹੁੰਦੇ ਆ साढ़े छे ते हले होया सवा पांच चल जाओ टाइम टाइम जाना ਠੀਕ ਆ ਇੱਥੇ ਕੋ ਘੁੰਮਦੇ ਪਏ ਆ ਨਾ ਕਮੈਂਟ ਕਰੋ ਕੀ ਆ ਇਹ ਜਲੰਧਰ ਵਾਲਿਆਂ ਤੋਂ ਪਤਾ ਹੋਣਾ ਹੈ ਪਤਾ ਨਹੀਂ ਕਿਹੜਾ ਰੋਡ ਆ ਵੇ ਬਾਪਾ ਲਾਂਡਰ ਲੱਡ ਵਾਲੀ ਰੋਡ ਤੇ ਨਿਕਲ ਜਾਣਾ ਮੋਰੇ ਜਾ ਕੇ ਮੈਨੂੰ ਇੰਨਾ ਪਤਾ ਹੁਣ ਵੀ ਇਦਾਂ ਹੀ ਪਤਾ ਹੀ ਆ ਕਿੱਥੇ ਚਲੋ ਠੀਕ ਹੈ ਦਾ ਫਿਟਨੈਸ ਨੇ ਤਾਂ ਜੀ ਕੀ ਹਾਲ ਚਾਲ ਆ ਬਸ ਬਸ ਵਧੀਆ ਭਾਈ ਤੁਸੀਂ ਦੱਸੋ ਵਧੀਆ ਇੱਦਾਂ ਲੱਗ ਰਹੀ ਵੀ ਯਾਰ ਮੇ ਆ ਕੋਈ ਸਾਹਿਬ ਆ ਕੋਈ ਮੋਰੇ ਹੈ ਚਲੋ ਆ ਮੋਰੇ ਹੋਏ ਆ ਮੋਰੇ ਹੋਏ ਆ ਤੁਹਾਨੂੰ ਮੈਂ ਕਾਰਡ ਵੀ ਦਿਖਾਉਣਾ ਉੱਥੇ ਤੁਸੀਂ ਦੇਖ ਕੇ ਆ ਜਾਓ ਤੁਹਾਨੂੰ ਡਰੈਸ ਪਤਾ ਲੱਗ ਜਾਊਗਾ ਕਾਰਡ ਚਾ ਜੀ ਆਹ ਦੇਖੋ ਪਿਆ ਅਸੀਂ ਆਪੇ ਆ ਜਾਈਏ ਸਿੱਧਾ ਹੀ ਆਹ ਦੇਖੋ ਇੱਥੇ ਨੰਬਰ ਵੀ ਤੁਸੀਂ ਕੋਈ ਪੁੱਛਣਾ ਹੋਇਆ ਜਲੰਧਰ ਵਾਲੇ ਤਾਂ ਪੁੱਛ ਸਕਦੇ ਆ ਆਹ ਜੀ ਰਿਹਾ ਸਿੱਧੂ ਵੀ ਚੱਲਦਾ ਚਲੀਏ ਵੀ ਕਹਿੰਦੇ ਕਿੱਥੇ ਆ ਗਏ ਐਮਬੀ ਮਾਲ ਚਲੋ ਕਰ ਲਈਏ ਵੀ ਸ਼ੋਪਿੰਗ ਅੱਜ ਕਹਿੰਦਾ ਆਹ ਜੀ ਰਿਹਾ ਬਾਤ ਹੈ ਵੀ ਪਹਿਲੀ ਵਾਰ ਆਇਆ ਐਮ ਬੀ ਡੀ ਮਾਲ ਆ ਦੇਖਿਆ ਸ਼ੇਰ ਮੋਰੇ ਲੋਗੋ ਇੰਡੀਆ ਚਲੋ ਕਿੱਥੇ ਜਾਣਾ ਇੱਕ ਤਾਂ ਕਹਿੰਦਾ ਪਾਰਟੀ ਤੋਂ ਜਾਣਾ ਪਹਿਲਾਂ ਸ਼ੋਪਿੰਗ ਕਰਨ ਲੱਗ ਜਾਂਦੇ ਉਸ ਟਾਈਮ ਹੀ ਸਲੇਟ ਚਲੋ ਸ਼ੂ ਤਾਂ ਹੋ ਗਿਆ ਸਲੇਟ ਕਰਨ ਉਹ ਹੈਗੇ ਕਿੱਦਾਂ ਦੇ ਆ ਇੱਥੋਂ ਸ਼ੂ ਹੀ ਚੱਕ ਲਿਆ ਉਹ ਲੈ ਕੇ ਗਏ ਉੱਧਰ ਬਿਲ ਕਰਵਾਉਣ ਵੀ ਸ਼ੇਰ ਜੀ ਬੜਾ ਖਰਚਾ ਕਰਾਤਾ ਸ਼ੂ ਲੈ ਗਏ ਸੀਗੇ ਅਤੇ ਹੁਣ ਜਦੋਂ ਅਸੀਂ ਬਾਹਰ ਨਿਕਲੇ ਮਾੜਾ ਜਿਹਾ ਪਤਾ ਲੱਗਾ ਵੀ ਸ਼ੂ ਟੈਂਟ ਹੁਣ ਇੱਕ ਨੰਬਰ ਵੱਡਾ ਰਿਹਾ ਤੈਨੂੰ ਆਪਣਾ ਨੰਬਰ ਵੀ ਨਹੀਂ ਪਤਾ ਸ਼ੂਆਂ ਦਾ ਵੇ ਪਤਾ ਹਾਂਜੀ ਅਤੇ ਬਾਕੀ ਹੁਣ ਆਪਾਂ ਰੈਡੀ ਹਾਂ ਅਤੇ ਹੁਣ ਆਪਾਂ ਚੱਲੀਏ ਛੇਤੀ ਛੇਤੀ ਲੇਟ ਬਾਹਲਾ ਹੀ ਹੋ ਗਿਆ ਯਾਰ ਹੈਲੋ ਸਾਢੇ ਛੇ ਦਾ ਟਾਈਮ ਸੀ ਕਰਨ ਕੋਈ ਨਹੀਂ ਲੇਟ ਇੰਨਾ ਕੁ ਚੱਲਦਾ ਹੀ ਹੈ ਅਤੇ ਚਲੋ ਬਾਕੀ ਮੌਲ ਸੱਚੀ ਵਧੀਆ ਆ ਆਪਾਂ ਤਾਂ ਇੱਥੇ ਰੁਕੇ ਸੀ ਪਹਿਲੇ ਤੇ ਅਤੇ ਇੱਥੋਂ ਹੀ ਆਪਣੀ ਡਰੈਸ ਵਗੈਰਾ ਮਿਲ ਗਈਆਂ ਅਤੇ ਹਾਂਜੀ ਚਲੋ ਰੈਡੀ ਆ ਚਲੋ ਆ ਜਾਓ ਸੋਰੀ 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 ਆ ਜਾਓ ਲਓ ਜੀ ਚਾਚੂ ਪਹੁੰਚ ਗਏ ਆਪਣੇ ਬਲੈਕ ਵੀ ਨਹੀਂ ਕਰਾਇਆ ਗੋਲਡ ਲੱਗ ਰਿਹਾ ਮੈਂ ਪਛਾਣੇ ਨਹੀਂ ਗਏ ਸ਼ਾਹ ਜੀ ਸ਼ਰੀਫ ਜਿਹਾ ਮੁੰਡਾ ਲੱਗਦਾ ਰਹਿੰਦਾ ਬਹੁਤ ਮੈਨੂੰ ਇਹ ਹਨਾ ਬਾਲਾ ਸ਼ਰੀਫ ਜਿਹਾ ਲੱਗਦਾ ਹੁੰਦਾ ਜਿੱਦਾਂ ਕੁਛ ਨਹੀਂ ਪਤਾ ਹੁੰਦਾ ਦੁਨੀਆਦਾਰੀ ਬਾਰੇ ਵਿਚਾਰੇ ਨੂੰ ਉਹ ਬਾਈ ਜੀ ਸਾਰੇ ਆ ਗਏ ਆ ਤੇ ਬਾਕੀ ਆਪਾਂ ਤਾਂ ਜੇ ਆਏ ਗਏ ਬਾਕੀ ਦੇਖਦੇ ਹੁੰਦੇ ਜਾ ਕੀ ਮਾਹੌਲ ਆ ਹੋਰ ਠੀਕ ਠਾਕ ਮਾਹੌਲ ਬਸ ਖਾਣ ਪੀਣ ਦਾ ਹੋਣਾ ਪੀਣ ਦਾ ਵੀ ਹੋਊਗਾ ਦੇਖ ਲਓ ਇਹ ਪੀਂਦਾ ਮੁੰਡਾ ਮੈਨੂੰ ਲੱਗਾ ਜੀ ਗੱਲ ਤੋਂ ਪਤਾ ਲੱਗ ਗਿਆ ਨਾ ਨਾ ਨਹੀਂ ਸਹੀ ਆ ਓਕੇ ਚਲੋ ਸਹੀ ਆ ਤੇ ਬਾਕੀ ਚਲੋ ਭਾਜੀ ਸਤਿ ਸ਼੍ਰੀ ਅਕਾਲ
हुण असीं जरा अखबार आए हां क्योंकि गिफ्ट गड्डी च पिया आ। मैं क्या हुण लै ही जाइए। चोरी कर दे आ, चोरी करके बच्चन लगे बस। पेट्रोल कर दे ना गड्डी चो। आहो मैं डर ना केनु दिखेगा। मैं पेट्रोल ना चल दिया ना बीच कट गया। सही आ चा, अपन गिफ्ट कढणा है। मैं कल ला लेने होनी। चल निकालो इसको। अभी निकालता है साहब जी। बंद करो इसको। एक मिनट देखो जी कर दी मालकिन। चल परे हो तेरा हो गया। चलो ठीक है, हम आप गिफ्ट ले लिया ते हम आप चलिए केक कट कर लेंगे। यार जगह बड़ी सोहनी है ना। ए बी क्लॉक्स इन। ओ बच्चियो आ जाओ। सरप्राइज सरप्राइज। का दे वास्ते अंदर जो सा धोने है। अच्छा आ जा। सच फड़ गए ना। क्यों मैं क्यों फड़ा फड़े ले फड़ के नहीं मैं तो नहीं आना एडा बड़ा चक्क को छोटा यार है। मम्मी प्लीज यार मैं भी लगना इदा बोरी चुकी हुंदी आ। चल आ प्लीज यार ले जा। बहुत सुन लदी केंदू इदा चक्क के पार फड़ जा। ते हुण आपा काफी टाइम हो गया ते भंगड़ा भंगड़ा पाई जाने आ। ते हुण आपा बस गिफ्ट बुक दे के नहीं तू ही पाया भंगड़ा तो असी पाया। पाया नहीं मड़क जिया सी मड़क जिया। बहुत गहरी दा आ जी जिया। चलो बाकी फिर कर दे कट। हैप्पी बर्थडे ਇਹ ਕਿਹਦਾ ਹੈ ਵੈਰੀ ਬਿਊਟੀਫੁਲ ਕੇਕ ਰੈੱਡ ਵੈਲਵਟ ਵੈਰੀ ਬਿਊਟੀਫੁਲ ਕੇਕ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ चलो पहले डाल लो यार अपने। चलो मुश्किल है।
ਸਾਲ ਲੱਗੇਗਾ ਦੇਣ ਨੂੰ ਸਾਲ ਲੱਗੇਗਾ ਉਹ ਕਿਦਾਂ ਦੱਸੋ ਮੈਨੂੰ यारों ने मेरे वास्ते क्या कुछ नहीं किया, शुक्रिया सौ बार शुक्रिया। फिर भी थोड़ा जा अपना ना।
ਲਾਈਕ ਕਰ ਦਿਆ ਕਰੋ ਚਲੋ ਸਹੀ ਹੈ ਮਿਲਦੇ ਤੁਹਾਨੂੰ ਬਾਏ ਬਾਏ ਆਪਾਂ ਇੱਥੇ ਆ ਗਏ ਕਿੱਥੇ ਅਗਲੇ ਯਾ ਆਪੇ ਹਮੇ ਰੋਕਾ ਤਾਂ ਪਿਛਲੀ ਵਾਰ ਇੱਥੋਂ ਦੋਨੇ ਨੇ ਗੱਡੀ ਕੱਢੀ ਤੇ ਉੱਥੇ ਪੁਲਿਸ ਵਾਲੇ ਕਹਿੰਦੇ ਆ ਜਾਓ ਲਾਓ ਗੱਡੀ ਸਾਈਡ ਤੇ ਉੱਥੇ ਅਜੇ ਦੋਹ ਲੱਗੀ ਹੋਏ ਤੇ ਲਾਈ ਕਹਿੰਦੇ ਆ ਜਾਓ ਕੱਢੋ ਇੱਕ ਪੱਤਾ ਹਰਾ ਜਿਆ ਸਹੀ ਗੱਲ ਹੈ ਪਰ ਨਹੀਂ ਪੱਤਾ ਨਹੀਂ ਕੱਢਿਆ ਸੀ ਉਹਨਾਂ ਨੇ ਥੋੜਾ ਜਿਹਾ ਡਾਂਟਿਆ ਸੀਗਾ ਹਨਾ ਬੰਨੇ ਲਾਇਸੈਂਸ ਲਾਇਸੈਂਸ ਪਹਿਲਾਂ ਫੜ ਲਿਆ ਸੀ ਮੁੜ ਕੇ ਡਾਂਟਿਆ ਸੀਗਾ ਚਲੋ ਸਹੀ ਹੈ ਕਹਿੰਦੇ ਤੁਸੀਂ ਮੈਂ ਕਹਿੰਦਾ ਉਹ ਗੱਡੀ ਪਿੱਛੇ ਕੱਢ ਦਿੱਤਾ ਹੁਣ ਤਾਂ ਉਹਨਾਂ ਲਾਈਟ ਦੇਖੇ ਵੀ ਨਾ ਨਹੀਂ ਜਾਊਗਾ ਨਾ ਬੰਨੇ ਨਾ ਆਹ ਨਹੀਂ ਨਹੀਂ ਮਤਲਬ ਨਹੀਂ ਜਾਣਾ ਨਾ ਇਹ ਭੁੱਲੋ ਨਾ ਤੁਸੀਂ ਤੁਹਾਡੇ ਵਲੌਗਸ ਪੰਜਾਬ ਪੁਲਿਸ ਵੀ ਦੇਖ ਲੈਂਦੀ ਆ ਸਹੀ ਯਾਰ ਨਹੀਂ ਨਹੀਂ ਮੈਂ ਕਹਿੰਦਾ ਨਾ ਕੱਦੇ ਵੀ ਨਹੀਂ ਆ ਜੀ ਆ ਇਦਾਂ ਕਹਿਣ ਲੱਗਾ ਚਲੋ ਠੀਕ ਹੈ ਬਹੁਤ ਵਧੀਆ ਮੇਰਾ ਸਤਿਕਾਰਯੋਗ ਭਰਾ ਬਹੁਦੀਪ ਸਿੰਘ ਗਟਵਾਲ ਚਲ ਠੀਕ ਹੈ ਮੈਂ ਦੇਖ ਅਗਲੀ ਵੀਡੀਓ ਚ